ਜ਼ਰੂਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਜਾਨੀ ਨੇਹਾ ਰਾਜਪੂਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੈਸੇ ਮੈਂ ਇੱਕ ਗੱਲ ਦਾ ਹਿਸਾਬ ਤਾਂ ਲਾ ਲਿਆ, ਜੇ ਤੁਸੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਬਹੁਤ ਹੀ ਛੇਤੀ ਮਸ਼ਹੂਰੀ ਖੱਟਣੀ ਹੈ ਤਾਂ ਤੁਹਾਨੂੰ ਗੀਤਕਾਰੀ ਤਾਂ ਬਿਲਕੁਲ ਨਹੀਂ ਆਉਣੀ ਚਾਹੀਦੀ ਅਤੇ ਉਸਦੇ ਨਾਲ ਹੀ ਤੁਹਾਡਾ ਗਲਾ ਵੀ ਥੋੜ੍ਹਾ ਜਿਹਾ ਪਾਟਾ ਹੋਣਾ ਚਾਹੀਦਾ, ਮਤਲਬ ਕਿ ਉਹਦੇ ਵਿੱਚੋਂ ਖਰਖਰ ਦੀ ਆਵਾਜ਼ ਆਉਣੀ ਜ਼ਰੂਰੀ ਹੈ ਅਤੇ ਤੁਹਾਡਾ ਮੂੰਹ ਵੀ ਥੋੜ੍ਹਾ ਜਿਹਾ ਵਿੰਗਾ ਟੇਢਾ ਹੋਣਾ ਚਾਹੀਦਾ ਹੈ। ਜੀ ਹਾਂ, ਪੈ ਗਏ ਨਾ ਭੱਬਲ ਭੂਸੇ ਦੇ ਵਿੱਚ। ਹਾਂ, ਮੈਂ ਸਹੀ ਕਹਿ ਰਹੀ ਹਾਂ, ਜੇ ਤੁਹਾਨੂੰ ਨਹੀਂ ਯਕੀਨ ਤਾਂ ਮਿਲੋ ਸਾਡੇ ਮਹਾਨ 5 ਸਿੰਗਰਾਂ ਦੇ ਨਾਲ ਜਿਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਗਾਇਕੀ ਵਾਲੇ ਤਾਂ ਚਿੱਬ ਕੱਢੇ ਪਏ ਆ। ਇਹਨਾਂ ਚਿਬਕੜ ਸਿੰਗਰਾਂ ਵਿੱਚ ਸਭ ਤੋਂ ਉੱਪਰ ਆ ਗਏ ਨੇ ਹੁਣ ਨਵੇਂ ਮੁੱਖ ਮੰਤਰੀ। ਇਹ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਅਤੇ ਨਾ ਹੀ ਪ੍ਰਕਾਸ਼ ਸਿੰਘ ਬਾਦਲ, ਪਰ ਬੇਸੁਰਿਆਂ ਦੇ ਮੁੱਖ ਮੰਤਰੀ ਜ਼ਰੂਰ ਕਹਿ ਸਕਦੇ ਹਾਂ ਅਤੇ ਇਹਨਾਂ ਦੇ ਘੈਂਟ ਘੈਂਟ ਗਾਣੇ ਤਾਂ ਤੁਸੀਂ ਸੁਣੇ ਹੀ ਹੋਣਗੇ। ਸੁਣੂ ਬਾਠ ਜੋਤ ਬਾਠਿਆ ਹੀਲਾ ਵਜੋ ਗਲੈਂਡ ਵਿੱਚ ਰਹਿ ਕੇ ਤੇ ਹੋ ਪਹਿ ਬਰਾਉਂਦੇ ਆ, ਸੁਣੂ ਬਾਠਿਆ ਪਣੇ ਵੀ ਗਾਣੇ ਕਢਾਉਂਦੇ ਆ, ਮੋਣੂ ਬਾਠਿਆ ਪਣੇ ਵੀ ਗਾਣੇ ਕੱਢਦੇ, ਸੁਣੂ ਬਾਠ ਸੁਣੂ ਬਾਠ ਮੋਣੂ ਬਾਠਣੇ ਸੁਣੂ ਬਾਠਿਆ ਪਣੇ ਤੋਂ ਪਹਿ ਬਰਾਉਂਦੇ ਆ। ਹੀਲਾ ਵਜੋ ਕਿਉਂ ਜੀ ਬਈ ਫਿਰ ਧਮਕ? ਹਾਂਜੀ, ਇਹਨਾਂ ਨੂੰ ਧਮਕ ਤੇ ਬੇਸਾਂ ਨਾਲ ਕਾਫੀ ਮੋਟਾ ਤਾਜ਼ਾ ਇਸ਼ਕ ਹੈ, ਸੋਸ਼ਲ ਮੀਡੀਆ ਉੱਪਰ ਲੋਕਾਂ ਦਾ ਕਾਫੀ ਮਨੋਰੰਜਨ ਦਾ ਇੱਕ ਕਰ ਹੀ ਰਹੇ। ਤੇ ਉਸਦੇ ਨਾਲ ਨਾਲ ਹੁਣ ਫੇਮਸ ਸਿੰਗਰਾਂ ਨਾਲ ਮਿਲ ਕੇ ਗਾਇਕੀ ਦਾ ਜਲੂਸ ਕੱਢਣ 'ਚ ਕੋਈ ਕਸਰ ਨਹੀਂ ਛੱਡ ਰਹੇ ਅਤੇ ਪਿੱਛੇ ਜਿਹੀ ਸੋਨੀ ਮਾਨ ਨਾਲ ਆਇਆ ਮੁੱਖ ਮੰਤਰੀ ਦਾ ਡੈਵਿਲ ਗਾਣਾ ਵੀ ਕਾਫੀ ਚਰਚਾ ਵਿੱਚ ਹੈ। ਤੁਹਾਡਾ ਮੁੱਖ ਮੰਤਰੀ ਧਮਕ ਬਿਆਸਾਂ ਵਾਲਾ ਮੁੱਖ ਮੰਤਰੀ ਜੋ ਸੋਨੀ ਮਾਨ ਰਣਵੀਰ ਬਾਠਾਂ ਵਾਲਾ ਤੁਸੀਂ ਆ ਜਾ ਸਟੇਜ ਤੇ। ਖੈਰ, ਜੇ ਬੇਸੁਰਿਆਂ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਵਰਲਡ ਵਾਈਡ ਫੇਮਸ ਬੇਸੁਰੇ ਨੂੰ ਕਿੱਦਾਂ ਭੁੱਲਿਆ ਜਾ ਸਕਦਾ ਹੈ? ਸਰਦਾਰ ਉਹ ਸਰਦਾਰ ਬੁਲਟਾਂ ਵਾਲੇ ਬੁਲਟਾਂ ਤੇ ਹੀ ਜੱਚਦੇ, ਉਹ ਸੋਹਣੀਆਂ ਨੱਡੀਆਂ ਦੇ ਅਸੀਂ ਵਹਿਮ ਰਹਿੰਦੇ ਕੱਢਦੇ। ਉਹ ਗੱਲ ਤਾਂ ਵੱਖਰੀ ਹੈ ਕਿ ਇਹ ਜਲਦ ਹੀ ਸਮਝ ਗਏ ਤੇ ਇਹਨਾਂ ਨੇ ਗਾਇਕੀ ਨੂੰ ਥੋੜਾ ਜਿਹਾ ਸੀਰੀਅਸ ਲੈ ਲਿਆ। ਜੇ ਤੂੰ ਕੱਟਲੀ ਮੈਨੂੰ ਬਰਬਾਦ ਆ ਤੇਰੇ ਕਾਰਨਾਮੇ ਕੱਲੇ ਕੱਲੇ ਯਾਦ ਆ। ਇਸ ਦੇ ਨਾਲ ਹੀ ਇਹ ਹੁਣ ਹੌਲੀ ਹੌਲੀ ਬੇਸੁਰਿਆਂ ਦੀ ਕੈਟਾਗਰੀ ਵਿੱਚੋਂ ਬਾਹਰ ਹੋ ਗਏ ਹਨ, ਪਰ ਸ਼ੁਰੂ ਵਿੱਚ ਇਹਨਾਂ ਦੀ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ ਉਸਦਾ ਆਤੰਕ ਵੀ ਕੁਛ ਘੱਟ ਨਹੀਂ ਸੀ। ਉਹ ਬਾਲੀ ਵੇਟ ਨਾ ਕਰਾ ਤੂੰ ਚੰਨਾ ਮੇਰਿਆ, ਉਹ ਜੱਟੀ ਤੈਨੂੰ ਦਿਲੋਂ ਹੀ ਪਿਆਰ ਕਰਦੀ ਆ, ਉਹ ਤੈਨੂੰ ਪੱਟਣਾ ਮੈਂ ਖੁੰਡੀਆਂ ਮੁੱਛਾਂ ਵਾਲਿਆਂ, ਤਾਂ ਹੀ ਲੰਬੀ ਗੁੱਤ ਰੱਖੀ ਆ, ਤੈਨੂੰ ਪੱਟਣਾ ਮੈਂ ਖੁੰਡੀਆਂ ਮੁੱਛਾਂ ਵਾਲਿਆਂ, ਤਾਂ ਹੀ ਲੰਬੀ ਗੁੱਤ ਰੱਖੀ ਆ। ਲੋਕਾਂ ਨੇ ਇਹਨਾਂ ਦੇ ਸ਼ੁਰੂ ਸ਼ੁਰੂ ਵਿੱਚ ਖੂਬ ਬੰਬ ਗੋਲੇ ਵੀ ਬਰਸਾਏ ਸਨ। ਹਾਂ, ਇਸ ਦੇ ਨਾਲ ਹੀ ਇਹਨਾਂ ਨੂੰ ਚੋਣ ਵਾਲਿਆਂ ਦੀ ਗਿਣਤੀ ਵੀ ਕੁਝ ਘੱਟ ਨਹੀਂ ਸੀ, ਜਿਨ੍ਹਾਂ ਨੇ ਪੂਰਾ ਜ਼ੋਰ ਲਾ ਤਾ ਚੀਮੇ ਦੀ ਗਾਇਕੀ ਨੂੰ ਸੁਧਾਰਨ ਪਿੱਛੇ। ਅਤੇ ਹੁਣ ਜਲਦ ਹੀ ਚੀਮਾ ਸਾਹਿਬ ਜਸੜਾਂ ਦੇ ਕਾਕੇ ਨਾਲ ਧਮਾਕਾ ਕਰਨ ਜਾ ਰਹੇ ਹਨ ਆਉਣ ਵਾਲੀ ਫਿਲਮ ਦੇ ਵਿੱਚ। ਯੋ ਕਿੱਧਰ ਤੁਸੀਂ ਐਵੇਂ ਹਨੀ ਸਿੰਘ ਵਾਲੀ ਫੀਲਿੰਗ ਚੱਕੀ ਜਾਂਦੇ ਹੋ? ਇੱਥੇ ਯੋ ਹਨੀ ਸਿੰਘ ਦੀ ਨਹੀਂ ਯੋ ਨਛੱਤਰ ਸਿੰਘ ਦੀ ਗੱਲ ਹੋਣ ਲੱਗੀ ਹੈ। ਜੀ ਹਾਂ ਬਾਈ, ਯੋ ਆਪਣੇ ਨਛੱਤਰ ਸਰਦਾਰ ਜੀ ਜਿਨ੍ਹਾਂ ਨੇ ਬਾਕੀ ਬੇਸੁਰਿਆਂ ਨੂੰ ਹੌਸਲਾ ਬਖਸ਼ਿਆ। ਕੋਈ ਰੋਕ ਟੋਕ ਨਹੀਂ ਵੇਲੀ ਹੋਏ ਜੱਟ ਨੂੰ, ਰੱਖੇ ਬੱਤੀ ਬੋਰ ਡੱਬ ਵਿੱਚ ਲੋਡ ਕਰਕੇ, ਬਸ ਤੇਰੇ ਤੇ ਹੀ ਆ ਕੇ ਗਰਾਰੀ ਅੜ ਜਾਂਦੀ ਹੈ ਨੀ ਤੇਰੇ ਕਰਕੇ, ਕਰਕੇ ਹੀ PCR ਦੇ ਹੁਟਰੇ ਵਜਾਉਣੇ ਪੈਂਦੇ ਨੇ ਨੀ ਤੇਰੇ ਕਰਕੇ, ਕਰਕੇ ਹੀ PCR ਦੇ ਹੁਟਰੇ ਵਜਾਉਣੇ ਪੈਂਦੇ ਨੇ ਨੀ ਤੇਰੇ ਕਰਕੇ। ਹਾਂ, ਬਾਕੀ ਬੇਸੁਰਿਆਂ ਨੂੰ ਹੌਸਲਾ ਬਖਸ਼ਿਆ ਤੇ ਇਹ ਬੀੜਾ ਚੁੱਕਿਆ ਕਿ ਪੰਜਾਬ ਵਿੱਚ ਜਿੰਨਾ ਵੀ ਰਹਿੰਦ ਖੂੰਦ ਟੈਲੈਂਟ ਹੈ ਉਹਨੂੰ ਅੱਗੇ ਆਉਣ ਦੀ ਲੋੜ ਹੈ। ਪਰ ਜਨਾਬ, ਤੁਹਾਨੂੰ ਕੌਣ ਸਮਝਾਵੇ ਕਿ ਤੁਹਾਡੇ ਵਿੱਚ ਹਾਲੇ ਸੁਰਾਂ ਦੀ ਬਹੁਤ ਥੋੜਾ। ਗਾਣਾ ਗਾ ਦਈਏ ਫਿਰ, ਗਾ ਦਈਏ ਗਾਣਾ, ਤੁਹਾਡੇ ਸਾਹਮਣੇ ਲੋ ਪੇਸ਼ ਕਰਦੇ ਆ ਇੱਕ ਫਰਮਾਇਸ਼। ਮੇਰੇ ਦੋਸਤ ਨੇ ਮੈਨੂੰ ਕੀਤੀ ਸੀ ਕਿ ਗਾਣਾ ਆਨਲਾਈਨ ਪਾ ਦੇ, ਮਤਲਬ ਨੈਟ ਤੇ ਫੇਸਬੁੱਕ ਤੇ ਜਿੱਥੇ ਮਰਜ਼ੀ ਪਾ ਦੇ, ਤਾਂ ਮੈਂ ਕਿਹਾ ਚੱਲ ਠੀਕ ਹੈ ਮੈਂ ਇੱਕ ਅੱਧਾ ਗਾਣਾ ਦਾ ਪਾ ਦਿੰਦਾ। ਮੈਂ ਕਈ ਗਾਣੇ ਵੀ ਕਿਹਾ, ਮੈਂ ਇੱਕ ਗਾਣਾ ਤੁਹਾਨੂੰ ਸੁਣਾਉਣ ਲੱਗਾ, ਇੰਡੀਆ ਦੇ ਹਾਲ। ਅੱਜ ਦੱਸਣ ਲੱਗਾ ਮੈਂ ਤੁਹਾਨੂੰ ਗੱਲ ਬਾਤ ਕੀ ਨੇ ਦੁਨੀਆਂ ਦੇ ਹਾਲਾਤ, ਇੱਥੇ ਬੰਦਾ ਬਹੁਤ ਲੱਖ, ਰੀਤੀ ਦੇ ਚੌਥੇ ਦਿਨ ਮੈਂ ਤਾਂ ਹੁੰਦੇ ਦੇਖੇ ਨੇ ਤਾਂ ਲੱਖ। ਹਾਂ, ਇਹ ਇੰਡੀਆ, ਇੱਥੇ ਹਰ ਵਰਾਇਟੀ ਉਪਲਬਧ ਹੈ, 4G 3G 2G ਇੱਥੇ ਚੱਲਦੇ, ਕੋਈ ਇਹ ਕਰਦੇ ਨਾ ਕਿਸੇ ਕੋਲੋਂ ਡਰਦੇ, ਜਿਹੜੀ ਚੀਜ਼ ਇੱਥੇ ਮਿਲਦੀ ਹੈ ਉਹਦੇ ਉੱਤੇ ਲਿਖਿਆ।
ਮਤਲਬ ਕਿ ਇਹ ਉਹੀ ਉਹ ਨਛੱਤਰ ਜੀ ਨੇ ਜਿਨ੍ਹਾਂ ਨੇ ਬੋਲੀਵੁੱਡ ਵਿੱਚ ਬੇਸੁਰੀ ਗਾਇਕੀ ਦੀ ਜੰਗ ਛੇੜੀ ਹੈ। ਪਰ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਬਈ ਇਹਨਾਂ ਦੀ ਵੀਡੀਓਜ਼ ਅਤੇ ਇਹਨਾਂ ਦੀ ਗਾਇਕੀ ਦੀ ਬਹੁਤ ਡਿਮਾਂਡ ਹੈ। ਜੀ ਹਾਂ, ਬੋਲੀਵੁੱਡ ਦੇ ਸਟਾਰਸ ਵੀ ਇਹਨਾਂ ਰਾਹੀਂ ਆਪਣੀ ਮਸ਼ਹੂਰੀ ਖੱਟਣ ਵਿੱਚ ਲੱਗੇ ਹੋਏ ਹਨ ਅਤੇ ਜਿਨ੍ਹਾਂ ਕਰਕੇ ਇਹਨਾਂ ਦੀ ਵੀਡੀਓਜ਼ ਬਹੁਤ ਵਾਇਰਲ ਹੋ ਰਹੀਆਂ ਹਨ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਤੁਸੀਂ ਵੀ ਸੋਚ ਰਹੇ ਹੋਵੋਗੇ ਨਾ ਕਿ ਮੈਂ ਹੁਣ ਫਿਰ ਤੋਂ ਸਤਿ ਸ਼੍ਰੀ ਅਕਾਲ ਕਿਉਂ ਬੋਲ ਰਹੀ ਹਾਂ। ਜੀ ਹਾਂ, ਇਹ ਤਾਂ ਗਾਣਾ ਆ। ਹਾਂ, ਇਹ ਗਾਣਾ ਹੀ ਹੈ, ਤੁਸੀਂ ਨਹੀਂ ਸੁਣਿਆ? ਜਦੋਂ ਮੈਂ ਕਿਸੇ ਨੂੰ ਦੇਖਦਾ ਮੈਂ ਕਹਿੰਦਾ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਜਦੋਂ ਕੋਈ ਮੈਨੂੰ ਬੋਲਦਾ ਮੈਂ ਪਹਿਲਾਂ ਕਹਿੰਦਾ ਸਤਿ ਸ਼੍ਰੀ ਅਕਾਲ। ਖੁੱਲੂ ਜਿਹਾ ਜਵਾਕ ਵੇਖੋ, ਜਿਹਨੇ ਸੋਸ਼ਲ ਮੀਡੀਆ 'ਤੇ ਆਪਣੀ ਗਾਇਕੀ ਵਾਲੇ ਤਾਂ ਪੂਰੇ ਫੱਟੇ ਚੱਕੇ ਆ। ਜੀ ਹਾਂ, ਜੋ ਨਿੱਤ ਨਵੀਆਂ ਕਲੋਲਾਂ ਅਤੇ ਗਾਣੇ ਲੈ ਕੇ ਆਉਂਦਾ ਹੈ ਅਤੇ ਗੁੱਟੀ ਗੈਂਗ ਨਾਮ ਤੋਂ ਮਸ਼ਹੂਰ ਇਹ ਜਵਾਕ ਨੇ ਆਪਣੀ ਗਾਇਕੀ ਅਤੇ ਗੀਤਕਾਰੀ ਨਾਲ ਬਹੁਤ ਭੜਥੂ ਪਾਇਆ ਆ। ਅਤੇ ਇਹ ਇੰਨੇ ਟੈਲੈਂਟਡ ਹਨ ਕਿ ਇੱਕ ਜਾਂ ਦੋ ਸ਼ਬਦਾਂ ਤੋਂ ਪੂਰਾ ਗਾਣਾ ਬਣਾ ਦਿੰਦੇ ਹਨ, ਜਿੱਦਾਂ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਰੋਟੀ 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 ਅਤੇ ਆਪਣੇ ਐਂਟਰਟੇਨਮੈਂਟ ਲਈ ਲੋਕ ਇਹਨਾਂ ਨੂੰ ਪਸੰਦ ਵੀ ਬਹੁਤ ਕਰ ਰਹੇ ਹਨ ਅਤੇ ਜਿੰਨਾ ਕਰਕੇ ਅੱਜ ਇਹਨਾਂ ਦੀ ਵੀਡੀਓਜ਼ ਦਾ ਵਿਊਜ਼ ਮਿਲੀਅਨ ਤੱਕ ਜਾ ਰਹੇ ਹਨ। ਇਹ ਤਾਂ ਸੀ ਸਿਰਫ ਪੰਜਾਬ 'ਚ ਤਹਿਲਕਾ ਮਚਾਉਣ ਵਾਲੇ ਚਿਬਕਟ ਸਿੰਗਰ, ਪਰ ਜਿਹਨੇ ਨੈਸ਼ਨਲ ਲੈਵਲ 'ਤੇ ਖੋਰੂਪੰਥੀ ਮਚਾਈ ਹੈ ਉਹ ਹੈ ਢਿੰਚਕ ਪੂਜਾ। ਜੀ ਹਾਂ, ਇਸ ਨੂੰ ਮਿਊਜ਼ਿਕ ਨਾਲ ਇੰਨਾ ਜ਼ਿਆਦਾ ਪਿਆਰ ਹੈ ਕਿ ਇਹਨੇ ਆਪਣੇ ਨਾਮ ਦੇ ਅੱਗੇ ਵੀ ਢਿੰਚਕ ਲਾ ਲਿਆ ਹੈ। ਅਤੇ ਇਹਨਾਂ ਦੇ ਗਾਣੇ ਬਹੁਤ ਹੀ ਅਜੀਬੋ ਗਰੀਬ ਹੁੰਦੇ ਹਨ ਕਿ ਤੁਸੀਂ ਸੋਚ ਵੀ ਨਹੀਂ ਕਿਉਂਕਿ ਇਹਨਾਂ ਦਾ ਸਕੂਟਰ ਇੱਕ ਤਾਂ ਸ਼ੂਟਰ ਆ ਤੇ ਦੂਜਾ ਇਹਨਾਂ ਦੀਆਂ ਸੈਲਫੀਆਂ ਨੇ ਓਪੋ ਵੀਵੋ ਵੀ ਫੇਲ ਕਰ ਦਿੱਤਾ ਹੈ। ਇਹ ਉਹ ਵਾਇਰਲ ਹੈ ਜਿਨ੍ਹਾਂ ਨੂੰ ਦਰਸ਼ਕ ਬਹੁਤ ਹੀ ਪਸੰਦ ਕਰਦੇ ਨੇ, ਮਤਲਬ ਕਿ ਇਹਨਾਂ ਦੀਆਂ ਵਾਇਰਲ ਵੀਡੀਓਜ਼ ਬਹੁਤ ਹੀ ਮਸ਼ਹੂਰ ਹੁੰਦੀਆਂ ਨੇ। ਅਤੇ ਇਹਨਾਂ ਦੀ ਸਵੈਗ ਵਾਲੀ ਟੋਪੀ ਦੀ ਜੇ ਕੋਈ ਇਹਨਾਂ ਦੇ ਗਾਣੇ ਪਸੰਦ ਨਾ ਕਰੇ ਤਾਂ ਇਹ ਉਹਨੂੰ ਮਾਰ ਵੀ ਸਕਦੀ ਹੈ। ਜੀ ਹਾਂ, ਇਹ ਖੁਦ ਉਹਨੇ ਆਪਣੇ ਗਾਣੇ ਦਾਰੂ ਦੇ ਵਿੱਚ ਕਿਹਾ ਹੈ ਕਿ ਜੋ ਨਾ ਨਾਚੇ ਉਸਕੋ ਮਾਰੂ ਦਾਰੂ ਦਾਰੂ ਦਾਰੂ। ਸੋ ਇਦੋਂ ਪਹਿਲਾਂ ਕਿ ਢਿੰਚਕ ਮੈਡਮ ਪੈ ਜੇ ਤੁਹਾਡੇ 'ਤੇ ਭਾਰੂ, ਤੁਸੀਂ ਵੀ ਫਟਾਫਟ ਇਹਨੂੰ ਫੋਲੋ ਕਰ ਲਓ ਵਾਇਰਲ ਬੋਲੀਵੁੱਡ। ਅਤੇ ਜੀ ਹਾਂ, ਇਹ ਸਨ ਸਾਡੇ ਉਹ ਪੰਜ ਚਿਬਕਟ ਫੱਟੇ ਚੱਕ ਗਾਇਕ ਜਿਨ੍ਹਾਂ ਨੇ ਆਪਣੀ ਟੁੱਟੀ ਭੱਜੀ ਗੀਤਕਾਰੀ ਦੇ ਨਾਲ ਅਤੇ ਬਿਨਾਂ ਕਿਸੇ ਸੁਰਤਾਲ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਤਾਂ ਕੀਤਾ ਹੀ ਹੈ ਅਤੇ ਨਾਲ ਹੀ ਇੱਕ ਦਿਨ ਦੇ ਵਿੱਚ ਲੱਖਾਂ ਕਰੋੜਾਂ ਵਿਊਜ਼ ਲੈ ਕੇ ਵੱਡੇ ਵੱਡੇ ਸਿੰਗਰਾਂ ਦੇ ਇੱਦਾਂ ਦੰਦ ਖੱਟੇ ਕੀਤੇ ਹੈ ਜਿੱਦਾਂ ਕਿ ਨਿੰਬੂ ਦਾ ਸੱਤ ਕਰਦਾ ਹੈ। ਜੀ ਹਾਂ, ਇਹ ਸਨ ਸਾਡੀਆਂ ਕੁਝ ਚਟਪਟੀਆਂ ਖਾਸ ਖਬਰਾਂ ਅਤੇ ਹੁਣ ਮੈਨੂੰ ਦਿਓ ਇਜਾਜ਼ਤ ਅਤੇ ਅਗਲੇ ਹਫ਼ਤੇ ਇਸੇ ਤਰ੍ਹਾਂ ਅਸੀਂ ਫਿਰ ਹਾਜ਼ਰ ਹੋਵਾਂਗੇ ਇੱਦਾਂ ਦੀਆਂ ਖਬਰਾਂ ਲੈ ਕੇ ਵਾਰਨ ਬੋਲੀਵੁੱਡ।